ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਜ਼ਿਲ੍ਹਾ ਜਲੰਧਰ ਦੇ ਪਿੰਡ ਤਖਰਾਂ ਵਿਖੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸਰਪੰਚ ਮੇਜਰ ਸਿੰਘ ਲੱਲੀ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਡੇ ਪੱਧਰ ਤੇ ਪਿੰਡ ਵਾਸੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਚੌਧਰੀ ਵਿਕਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ 19 ਮਈ ਨੂੰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਵਿਕਰਮਜੀਤ ਸਿੰਘ ਨੂੰ ਭਰੋਸਾ ਦਵਾਇਆ ਕਿ ਉਹ ਵੱਡੇ ਪੱਧਰ ਤੇ ਇਲਾਕੇ ਵਿੱਚੋਂ ਵੋਟਾਂ ਪਵਾ ਕੇ ਚੌਧਰੀ ਸੰਤੋਖ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। ਇਸ ਮੌਕੇ ਸਰਪੰਚ ਮੇਜਰ ਸਿੰਘ ਲੱਲੀ, ਦਾਰਾ ਸਿੰਘ ਰਾਏ, ਸੁਰਜੀਤ ਸਿੰਘ ਭਲਵਾਨ, ਦਲਜੀਤ ਸਿੰਘ ਢੇਸੀ, ਬੱਬੂ ਲੰਬੜ, ਗੁਰਮੇਲ ਸਿੰਘ ਲੱਲੀ, ਭੁਪਿੰਦਰ ਸਿੰਘ ਤੱਖਰ ਪੰਚ, ਬਲਵੀਰ ਕੁਮਾਰ ਸਾਬਕਾ ਸਰਪੰਚ, ਜਸਵੀਰ ਸਿੰਘ ਲੱਲੀ, ਸੁਰਜੀਤ ਸਿੰਘ ਲੱਲੀ, ਹਰਜਿੰਦਰ ਕੁਮਾਰ, ਚਮਨ ਲਾਲ ਅਤੇ ਪਿੰਡ ਵਾਸੀ ਮੌਜੂਦ ਸਨ। ਚੌਧਰੀ ਸੰਤੋਖ ਸਿੰਘ ਜੀ ਵਾਸਤੇ ਵਿਧਾਨ ਸਭਾ ਹਲਕਾ ਫਲੌਰ ਦੇ ਪਿੰਡ ਪੱਦੀ ਖਾਲਸਾ, ਪੱਦੀ ਜਗੀਰ, ਗੁਹਾਵਰ, ਚੱਕ ਤੋਥਰ, ਸਰਗੁੰਦੀ, ਤੱਖਰਾਂ ਵਿੱਚ ਅਸੀਂ ਚੌਧਰੀ ਸਾਹਿਬ ਦੇ ਹੱਕ ਵਿੱਚ ਵੋਟਾਂ ਮੰਗਣ ਦਾ ਅੱਜ ਇੱਕ ਹਰ ਪਿੰਡ 'ਚ ਪ੍ਰੋਗਰਾਮ ਕੀਤਾ ਔਰ ਹਰ ਪਿੰਡ ਦੇ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਪਿੰਡ ਦੇ ਲੋਕ ਸਾਡੇ ਨਾਲ, ਸਾਡੀ ਪਾਰਟੀ ਨਾਲ ਅੱਜ ਜੁੜ ਕੇ ਸਾਨੂੰ ਵਿਸ਼ਵਾਸ ਦਵਾ ਕੇ ਗਏ ਨੇ ਕਿ ਆਉਣ ਵਾਲੀ 19 ਤਰੀਕ ਨੂੰ ਚੌਧਰੀ ਸੰਤੋਖ ਸਿੰਘ ਜੀ ਨੂੰ ਇੱਕ ਬਹੁਤ ਵੱਡੇ ਮਾਰਜਨ ਨਾਲ ਆਪਣੇ ਆਪਣੇ ਪਿੰਡ 'ਚੋਂ ਜਿਤਾਉਣਗੇ। ਅੱਜ ਪੂਰੇ ਪੰਜਾਬ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਪਿਛਲੇ 2 ਸਾਲ ਦੇ ਵਿੱਚ ਜਿਹੜੇ ਕੰਮ ਨੇ ਉਹਨਾਂ ਨੂੰ ਦੇਖਦੇ ਹੋਏ ਸਾਡੀ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿੱਚ ਜੋ ਰਾਹੁਲ ਗਾਂਧੀ ਜੀ ਨੇ ਗਰੀਬਾਂ ਲਈ ਖਾਸ ਤੌਰ ਕਰਕੇ ਜਿਹੜੀ ਮੁਹਿੰਮ, ਜਿਹੜੀ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਨਿਆਏ ਸਕੀਮ, ਜਿਹਦੇ ਰਹਿਤ 25 ਕਰੋੜ ਗਰੀਬ ਲੋਕਾਂ ਨੂੰ 6,000 ਰੁਪਈਆ ਮਹੀਨਾ, 72,000 ਰੁਪਈਆ ਸਾਲਾਨਾ ਦੇਣ ਦਾ ਜਿਹੜਾ ਐਲਾਨ ਕੀਤਾ ਹੈ, ਉਹਨੂੰ ਦੇਖਦੇ ਹੋਏ ਅੱਜ ਭਾਰੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਰਹੇ ਨੇ। ਕਾਂਗਰਸ ਪਾਰਟੀ ਨੇ ਜਦੋਂ ਵੀ ਦੇਸ਼ ਵਿੱਚ ਸਰਕਾਰ ਬਣਾਈ ਹੈ, ਗਰੀਬਾਂ ਲਈ, ਕਿਸਾਨਾਂ ਲਈ, ਨੌਜਵਾਨਾਂ ਲਈ ਵੱਡੇ ਪ੍ਰੋਗਰਾਮ ਉਲੀਕੇ ਨੇ ਔਰ ਉਹਨਾਂ ਔਰ ਪੰਜਾਬ ਦੇ ਵਿੱਚ ਵੀ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਹੈ, ਹਰ ਵਰਗ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਗਿਆ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੀ 23 ਤਰੀਕ ਨੂੰ ਜਿੱਥੇ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋਏਗਾ, ਉਸੀ ਤਰ੍ਹਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਔਰ ਜਲੰਧਰ ਸੀਟ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬਹੁਤ ਵੱਡੇ ਮਾਰਜਨ, ਲੱਖਾਂ ਦੇ ਮਾਰਜਨ ਨਾਲ ਜਿੱਤ ਕੇ ਚੌਧਰੀ ਸੰਤੋਖ ਸਿੰਘ ਜੀ ਦੇਸ਼ ਦੀ ਪਾਰਲੀਮੈਂਟ ਵਿੱਚ ਮੁੜ ਜਾਣਗੇ ਔਰ ਪੰਜਾਬ ਦੀ ਔਰ ਜਲੰਧਰ ਪਾਰਲੀਮੈਂਟ ਦੇ ਲੋਕਾਂ ਦੀ ਆਵਾਜ਼ ਬਣਨਗੇ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਪਿੰਡ ਤੱਖਰਾਂ ਤੋਂ ਬੋਲ ਰਹੇ ਹਾਂ। ਅੱਜ ਵਿਕਰਮ ਚੌਧਰੀ ਜੀ ਆਏ ਸੀ ਇੱਥੇ, ਜੋ ਕਿ ਲੋਕ ਸਭਾ ਦੀਆਂ ਵੋਟਾਂ 'ਤੇ ਚੌਧਰੀ ਸੰਤੋਖ ਸਿੰਘ ਜੀ ਜੋ ਕਿ ਉਮੀਦਵਾਰ ਹਨ ਜਲੰਧਰ ਤੋਂ, ਉਹਨਾਂ ਨੇ ਅੱਜ ਸਾਡੇ ਨਾਲ ਕੁਛ ਗੱਲਾਂ ਸਾਂਝੀ ਕੀਤੀਆਂ, ਜੋ ਕਿ ਸਾਡੀ ਪੂਰੀ ਉਮੀਦ ਆ ਕਿ ਅਸੀਂ ਉਹਨਾਂ ਦਾ ਪੂਰੀ ਸਪੋਰਟ ਕਰਾਂਗੇ ਔਰ ਉਹਨੇ ਵੀ ਸਾਡੇ ਨਾਲ ਵਾਅਦੇ ਕੀਤੇ, ਜੋ ਵੀ ਸਾਡੀਆਂ ਲੋੜਾਂ ਆ ਉਹ ਪੂਰੀਆਂ ਕਰਨਗੇ। ਅਤੇ ਅਸੀਂ ਚਾਹਵਾਂਗੇ ਕਿ ਚੌਧਰੀ ਸੰਤੋਖ ਸਿੰਘ ਜੀ ਆਪਣੀ ਪੂਰੀ ਮੈਜੋਰਟੀ 'ਤੇ ਜਿੱਤਣ, ਤਾਂ ਕਿ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ, ਤਾਂ ਕਿ ਉਹਨਾਂ ਦਾ ਵੀ ਸਾਨੂੰ ਪੂਰਾ ਵਾਅਦਾ ਕਰਕੇ ਗਏ ਆ ਕਿ ਜੋ ਵੀ ਸਾਡੀਆਂ ਲੋੜਾਂ ਆ ਲਾਗੇ ਪਿੰਡਾਂ ਦੀਆਂ ਅਤੇ ਸਾਡੇ ਪਿੰਡ ਤੱਖਰਾਂ ਦੀ, ਇਹ ਉਹ ਸਾਡੇ ਨਾਲ ਬਹੁਤ ਸਾਂਝੀ ਕਰਨਗੇ, ਪੂਰੀਆਂ ਕਰਨਗੇ। ਧੰਨਵਾਦ।